ਕਿਸੇ ਸਾਧੂ ਕੋਲੇ ਕੋਈ ਗਿਆ ਤੇ ਪਾਪੀ ਸੀ ਤੇ ਪਾਪੀ ਇਹੋ ਜਿਹਾ ਸੀ ਕਿ ਬੰਦਿਆਂ ਨੂੰ ਮਾਰਦਾ ਤੇ ਲੁੱਟਦਾ ਸੀ ਮਾਰੇ ਤੇ ਲੁੱਟੇ ਤੇ ਉਹ ਸਮੇਂ ਸਾਧੂ ਨੇ ਬਚਨ ਕੀਤਾ ਸੀ ਤੇਰੇ ਜੀਵਨ ਵਿੱਚ 100 ਕਤਲ ਲਿਖੇ ਹੋਏ ਪਰ ਜਦੋਂ ਤੇਰੇ 100 ਪੂਰੇ ਹੋ ਜਾਣਗੇ ਤੇ 100 ਪੂਰੇ ਹੁੰਦਿਆਂ ਤੇਰੇ ਕੋਲ ਘੜੀ ਦਾ ਵੀ ਸਮਾਂ ਨਹੀਂ ਹੋਣਾ ਉਸ ਤੋਂ ਬਾਅਦ ਤੇਰੀ ਮੌਤ ਹੋ ਜਾਵੇ ਨਰਕਾਂ ਦਾ ਭਾਗੀ ਨਿਕਲਾ ਬਣੇਗਾ ਇਹ ਜਿਹੜੇ 100 ਪਾਪ ਨੂੰ ਤੈਨੂੰ ਬੜੇ ਇਹਦੇ ਜਿਹੜੇ ਹਿਸਾਬ ਤੈਨੂੰ ਬੜੇ ਤੜਫ ਤੜਫ ਕੇ ਦੇਣੇ ਪੈਣਗੇ ਕੁੰਭੀ ਨਰਕ ਮਿਲਣਗੇ ਤਿਆਰ ਉਹ ਕਹਿੰਦੇ ਮੈਂ ਤੁਹਾਡੇ ਦਰਸ਼ਨ ਕੀਤੇ ਆ ਜੇ ਸਾਧੂ ਦੇ ਦਰਸ਼ਨ ਕੀਤੇ ਆ ਤੇ ਨਾਲ ਕੋਈ ਮੈਨੂੰ ਨਿਕਲਣ ਦਾ ਕੋਈ ਢੰਗ ਤਰੀਕਾ ਵੀ ਦੱਸੋ ਤੇ ਕਹਿ ਦਿੱਤਾ ਬਈ ਠੀਕ ਆ ਪਾਪ ਤੇਰੇ ਕਰਮਾਂ 'ਚ ਲਿਖੇ ਆ ਪਰ ਜੇ ਤੂੰ ਜਿੱਦਣ ਤੇਰੇ 100 ਪਾਪ ਪੂਰੇ ਹੋ ਜਾਣਗੇ ਕਤਲ ਜੇ ਉਸੇ ਸਮੇਂ 100ਵਾਂ ਕਤਲ ਹੁੰਦਿਆਂ ਤੂੰ ਮੁੱਖ ਗੁਰੂ ਵਾਲੇ ਪਾਸੇ ਕਰਕੇ ਭੱਜੇਗਾ ਸਾਧੂ ਵਾਲੇ ਪਾਸੇ ਕਰਕੇ ਦੌੜੇਗਾ ਜੇ ਉਹਦੇ ਕੋਲ ਇੱਕ ਘੜੀ 'ਚ ਪਹੁੰਚ ਗਿਆ ਤੇ ਤੇਰਾ ਲੇਖਾ ਮਿਟ ਜਾਵੇਗਾ ਕਹਿੰਦੇ ਜੀ ਸੱਤ ਸਾਧ ਸੰਗਤ ਕਰਦੇ ਆਇਓ ਕਤਲ ਜੀਵਨ ਵਿੱਚ ਹੁੰਦੇ ਰਹੇ 97 ਦਾ ਸਾਧ ਸੰਗਤ ਪੜ੍ਹ ਰਿਹਾ ਸੀ 97 ਕਤਲ ਹੋ ਚੁੱਕੇ ਸਨ ਹੁਣ ਜੀਵਨ ਰੋਕੇ ਬੈਠਾ ਵੀ 100 ਹੋਣਾ ਤੇ ਘੜਾ ਭਰ ਜਾਣਾ ਪਾਪਾਂ ਦਾ ਤੇ ਮੌਤ ਦਾ ਕਾਰਨ ਵੀ ਉਸੇ ਦਿਨ ਬਣ ਜਾਣਾ ਤੇ ਮਨ ਨੂੰ ਬੋਚੀ ਬੈਠਾ ਪਰ ਫਿਰ ਤੁਹਾਨੂੰ ਪਤਾ ਸਾਧ ਸੰਗਤ ਲੋਭੀ ਕਾ ਵਸਾਓ ਨਾ ਕੀਚੇ ਜਿਹੜਾ ਮਨ ਸਵਾਰਥੀ ਹੋ ਜੇ ਪਾਪੀ ਹੋ ਜੇ ਉਹਦਾ ਭਰੋਸਾ ਕੋਈ ਨਹੀਂ ਤੇ ਕਿਹਾ ਕੋਈ ਗੱਲ ਨਹੀਂ ਹਾਲੇ 3 ਕਤਲ ਬਾਕੀ ਪਏ ਨੇ ਤੇ 3 ਹੁੰਦਿਆਂ ਹਿਸਾਬ ਕਿਤਾਬ ਪੂਰਾ ਹੋ ਜਾਣਾ ਤੇ ਮੌਤ ਦਾ ਕਾਰਨ ਬਣ ਜਾਣਾ ਤੇ ਉਹਨੇ ਮਨ ਬਣਾਇਆ ਵੀ ਆਹ ਜਿਹੜੀ ਬੀਬੀ ਜਾਂਦੀ ਹੈ ਤੇ ਕਿਉਂ ਨਾ ਮੈਂ ਇਹਦਾ ਕਤਲ ਕਰਾਂ ਤੇ ਇਹਦਾ ਸੋਨਾ ਖੋਹ ਲਵਾਂ ਤੇ 1 ਹੋਵੇਗਾ ਤੇ 2 ਹਲੇ ਫੇਰ ਮੇਰੇ ਕੋਲ ਹਲੇ ਬਚ ਗਏ ਤੇ ਸਾਧ ਸੰਗਤ ਬੀਬੀ ਲੰਘ ਰਹੀ ਛੁਰਾ ਲਿਆ ਤੇ ਹੱਲਾ ਕਰ ਦਿੱਤਾ ਜਿੱਥੇ ਗਲਾ ਕੱਟਿਆ ਤੇ ਪੇਟ ਤੇ ਵੀ ਮਾਰਿਆ ਤੇ ਸਾਧ ਸੰਗਤ ਬੀਬੀ ਥਾਂ ਮੁੱਕ ਗਈ ਪੇਟ ਤੇ ਜਦੋਂ ਵੱਜਿਆ ਤੇ ਪੇਟ ਵਿੱਚੋਂ 2 ਬੱਚੇ ਬਾਹਰ ਡਿੱਗ ਪਏ ਇੱਕਦਮ ਧੌਣੀ ਆ ਗਏ ਇਹ 100 ਕਤਲ 1 ਕਰਨਾ ਸੀ ਬਣਦੇ ਸਨ 2 ਘਰ ਵਿੱਚੋਂ ਬੱਚੇ ਮਰ ਗਏ ਇਹ ਪੂਰਾ 100 ਹੈ ਸਾਧ ਸੰਗਤ ਸਾਧੂ ਵਾਲੇ ਪਾਸੇ ਨੂੰ ਦੌੜਿਆ ਲੋ ਤੇ ਦੌੜਿਆ ਤੇ ਇੰਨੇ ਚਿਰ ਨੂੰ ਲੈਣ ਵਾਲੇ ਵੀ ਆ ਪਹੁੰਚੇ ਸਮਾਂ ਪੂਰਾ ਹੋਇਆ ਤੇ ਜਦੋਂ ਸਮਾਂ ਪੂਰਾ ਹੋਇਆ ਲੈ ਕੇ ਚੱਲੇ ਤੇ ਉਸੇ ਸਾਧੂ ਨੇ ਜਿਹੜੇ ਨੇ ਬਚਨ ਕੀਤਾ ਸੀ ਉਹਨੇ ਜਾਂਦੇ ਜਮਾਂ ਨੂੰ ਰੋਕ ਲਿਆ ਧਰਮ ਰਾਜੇ ਨੇ ਵੀ ਬੁਲਾ ਲਿਆ ਵੀ ਇਹਨੂੰ ਛੱਡ ਦਿੱਤਾ ਜਾਵੇ ਇਹ ਸਾਡੇ ਵਾਲੇ ਪਾਸੇ ਨੂੰ ਮੁੱਖ ਕਰਕੇ ਤੁਰਿਆ ਸੀ ਕਰਮਾਂ ਮੁਤਾਬਕ ਤੋਂ ਏਡੇ ਪਾਪ ਹੋਏ ਨੇ ਇਹਨੂੰ ਹੁਣ ਬਖਸ਼ ਦਿੱਤਾ ਜਾਵੇ ਸਾਧ ਸੰਗਤ ਅਖੀਰ ਨੂੰ ਜਦੋਂ ਫੈਸਲਾ ਹੋਇਆ ਕਹਿੰਦੇ ਠੀਕ ਆ ਦੌੜਿਆ ਸੀ ਪਰ ਹਲੇ ਪਹੁੰਚਿਆ ਨਹੀਂ ਸੀ ਤੁਹਾਡੇ ਕੋਲ ਕਹਿੰਦੇ ਵੀ ਰਾਹ ਦਾ ਜਿਹੜਾ ਪੈਂਡਾ ਹੁਣ ਮਾਪ ਲੱਗੇ ਸਾਧ ਸੰਗਤ ਜਦੋਂ ਰਾਹ ਦਾ ਪੈਂਡਾ ਮਾਪਣ ਲੱਗੇ ਤੇ ਇਹ ਫੈਸਲਾ ਹੋਇਆ ਵੀ ਜੇ ਅੱਧ ਤੋਂ ਅੱਗੇ ਟੱਪਿਆ ਹੋਇਆ ਤੁਹਾਡੇ ਵਾਲੇ ਪਾਸੇ ਤੇ ਇਹਦੇ ਕੀਤੇ ਗੁਣਾ ਮਾਫ ਕਰ ਦਿੱਤੇ ਗਏ ਜਾਣਗੇ ਤੇ ਜੇ ਉਹ ਅੱਧ ਤੋਂ ਵੀ ਪਿੱਛੇ ਰਹਿ ਗਿਆ ਤੇ ਇਹਨੂੰ ਕੀਤੀਆਂ ਸਾਰੇ ਪਾਪਾਂ ਦੀਆਂ ਸਜਾਵਾਂ ਮਿਲਣਗੀਆਂ ਤੇ ਸਾਧ ਸੰਗਤ ਜਦੋਂ ਮਾਪਿਆ ਤੇ ਅੱਧਾ ਸਰੀਰ ਅੱਗੇ ਤੇ ਅੱਧਾ ਸਰੀਰ ਪਿੱਛੇ ਪਿਆ ਸੀਗਾ ਉਸ ਸਮੇਂ ਸਾਧੂ ਨੇ ਕਲਾ ਵਰਤਾਈ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰਿਆ ਮਰੀ ਲੋਥ ਨੂੰ 2 ਕਦਮ ਖਿੱਚ ਕੇ ਤੇ ਅੱਗੇ ਕਰ ਲਿਆ ਸੁਰਤ ਨੂੰ ਸਾਧੂ ਕਹਿੰਦਾ ਵੀ ਹੁਣ ਮਾਪੋ ਤੁਸੀਂ ਸਾਧ ਸੰਗਤ ਕਹਿੰਦੇ ਦੂਜੀ ਵਾਰ ਜਦੋਂ ਮਾਪਿਆ ਤੇ ਸਾਧ ਸੰਗਤ ਉਹ ਜਿਹੜੇ ਅੱਧ ਦੀ ਲਕੀਰ ਸੀ ਤੇ 2 ਕਦਮ ਉਹਦਾ ਸਰੀਰ ਅੱਗੇ ਲੰਘ ਚੁੱਕਿਆ ਸੀ ਸਾਧੂ ਨੇ ਪਾਪ ਬਖਸ਼ਵਾ ਦਿੱਤੇ।